ਸਾਡਾ ਪਿੰਡ ਠੌਲਾ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ। 26, 27, 28 ਟੂਰਨਾਮੈਂਟ ਹੋ ਰਿਹਾ, ਔਰ ਜਿਹਦੇ ਵਿੱਚ ਓਪਨ ਪਿੰਡ ਪੱਧਰ 2 ਖਿਡਾਰੀ ਬਾਹਰੋਂ ਤੇ 8 ਕਲੱਬਾਂ ਦੇ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਾਏ ਜਾਣਗੇ। ਦੁਆਬਾ ਬੋਰੀ ਸੁਰਖਪੁਰ ਟੀਮ ਆਊਗੀ, ਜਾਦਾ ਸੁਰਖਪੁਰ, ਮੱਖਣ ਮੱਖੀ ਤੇ ਮਾਸੂਨ ਮਹਿਮਦਵਾਲ ਸੰਦੀਪ, ਤੇ ਦੂਸਰੀ ਟੀਮ ਡੀ ਏ ਵੀ ਕਾਲਜ ਜਲੰਧਰ ਸ਼ਾਜੀ ਫਰਿਆਦ ਜੋਤਾ ਮਹਿਮਦਵਾਲ ਖੇਡਣਗੇ, ਤੇ ਐਨ ਆਰ ਆਈ ਨਕੋਦਰ ਮੰਗੀ ਮੰਨਾ ਵੱਲੋਂ, ਹੋਰ ਬਾਕੀ ਟੀਮਾਂ ਦਾ ਵੀ ਹੋਰ ਵੀ ਗੱਲ ਚੱਲਦੀ ਪਈ ਆ, ਸਰਪ੍ਰਾਈਜ਼ ਆ ਟੀਮਾਂ। ਪਹਿਲਾ ਨਾਮ ਹੈਗਾ ਜੀ 1.5 ਲੱਖ ਰੁਪਈਆ, ਦੂਜਾ ਨਾਮ 1 ਲੱਖ ਰੁਪਈਆ, ਤੇ ਬੈਸਟਾਂ ਨੂੰ ਅਟਰੈਕਟਰ ਆ। ਮੈਂ ਸਰ ਖਿਡਾਰੀਆਂ ਨੂੰ ਬੇਨਤੀ ਕੀਤੀ ਵੀ ਸਮੇਂ ਸਿਰ ਪਹੁੰਚਣ, ਜਿਹੜਾ ਕਿ ਟੂਰਨਾਮੈਂਟ ਅਸੀਂ ਸ਼ਾਮ ਦੇ 7 ਵਜੇ ਤੋਂ ਪਹਿਲਾਂ ਸਮਾਪਤ ਕਰ ਸਕੀਏ। ਪੰਜਾਬ ਗਵਰਨਮੈਂਟ ਦੀ ਵੀ ਹਦਾਇਤ ਆ ਵੀ 7 ਵਜੇ ਟੂਰਨਾਮੈਂਟ ਬੰਦ ਕੀਤਾ ਜਾਵੇ, ਇਸ ਕਰਕੇ ਅਸੀਂ ਪਲੇਅਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਜਿਹੜਾ ਸਮੇਂ ਸਿਰ 12 ਵਜੇ ਸਾਡੇ ਕੋਲ ਪਹੁੰਚੋ, ਜੋ ਕਿ ਅਸੀਂ ਟਾਈਮ ਨਾਲ ਮੈਚ ਸ਼ੁਰੂ ਕਹੀਏ ਤਾਂ ਟੂਰਨਾਮੈਂਟ ਦਰਸ਼ਕਾਂ ਨੂੰ ਦਿਖਾਉਣ ਲਈ ਹੁੰਦਾ ਬਲਕਿ ਕਮੇਟੀ ਨੇ ਦੇਖਣਾ ਹੁੰਦਾ। ਅਸੀਂ ਜੋ ਆਲੇ ਦੁਆਲੇ ਪਿੰਡਾਂ ਦਾ ਦੇਖਦੇ ਹਾਂ, ਸਿਰਫ ਕਮੇਟੀਆਂ ਰਹਿ ਜਾਂਦੀਆਂ, ਦਰਸ਼ਕ ਚਲ ਜਾਂਦੇ। 27 ਤਰੀਕ ਨੂੰ ਪਿੰਡ ਪੱਧਰ 2 ਖਿਡਾਰੀ ਬਾਹਰੋਂ ਖੇਡਣਗੇ, ਤੇ ਉਸਦਾ 41,000 ਤੇ 31,000 ਪ੍ਰਾਈਜ਼ ਆ, ਤੇ ਬੈਸਟਾਂ ਨੂੰ 11,000 ਰੁਪਈਆ। ਤਿਆਰੀ ਕਰਦਿਆਂ ਨੂੰ ਸਾਨੂੰ ਕਾਫੀ ਟਾਈਮ ਹੋ ਗਿਆ, ਸਾਡੇ ਗਰਾਊਂਡਾਂ ਵੀ ਪੱਧਰੀਆਂ ਐਨ ਵਧੀਆ ਬਣਾਈਆਂ ਆ, ਤੇ ਖਿਡਾਰੀਆਂ ਨੂੰ ਜਿਹਦੇ ਵਿੱਚ ਕੋਈ ਦਿੱਕਤ ਨਾ ਆਵੇ, ਤੇ ਕੋਈ ਖਿਡਾਰੀ ਇਹ ਨਾ ਕਵੇ ਵੀ ਮੈਂ ਗਰਾਊਂਡ ਨਹੀਂ ਸੀ ਵਧੀਆ ਤਾਂ ਮੈਂ ਰੇਟ ਨਹੀਂ ਪਾਈ। ਤੇ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਆ ਬੜੇ ਸੰਯੋਗ ਦੇ ਨਾਲ ਉਤਸ਼ਾਹ ਦੇ ਨਾਲ ਗਰਾਊਂਡ ਦੇ ਵੀ ਔਰ ਪਿੰਡ 'ਚ ਸਾਰੇ ਖਿਡਾਰੀਆਂ ਨੂੰ ਵੀ ਉਤਸ਼ਾਹ ਦਿੰਦੇ ਆ। ਠੌਲਾ ਪਿੰਡ ਆ, ਜ਼ਿਲ੍ਹਾ ਜਲੰਧਰ 'ਚ ਪੈਂਦਾ ਜੀ, ਜਲੰਧਰ ਕਪੂਰਥਲਾ ਰੋਡ ਤੋਂ 4 ਕਿਲੋਮੀਟਰ ਦੇ ਸਾਈਡ 'ਤੇ ਆ ਜੀ, ਅਤੇ ਬਲੇਰ ਖਾਨਪੁਰ ਅਤੇ ਕਾਲਾ ਸਿੰਘਾਂ ਰੋਡ ਤੋਂ 3 ਕਿਲੋਮੀਟਰ ਦੀ ਵਿੱਥ ਦੇ ਵਿੱਚ ਸਥਿਤ ਆ। ਪਹਿਲਾਂ ਤਾਂ ਅਸੀਂ ਕਹਿੰਦੇ ਸੀਗੇ ਕਿ ਟਰੈਕਟਰ ਰਹਿਣ ਦਿਉ, ਪਰ ਜਿਹੜੇ ਐੱਨ ਆਰ ਆਈ ਸਾਡੇ ਆ ਭਰਾ ਕਹਿੰਦੇ ਕਿ ਥੋੜ੍ਹੇ ਦਿੰਦੇ ਆ, ਥੋੜ੍ਹਾ ਜਿਹਾ ਵਧੀਆ ਲੱਗਦਾ ਕਿ 4 ਟਰੈਕਟਰ ਦਿੱਤੇ ਆ ਕਿ ਪਿੰਡ ਵਿੱਚ ਠੌਲੇ ਸਾਡੇ ਲਾਗੇ ਇੱਧਰ ਏਰੀਏ 'ਚ ਘੱਟ ਦਿੰਦੇ ਆ, ਥੋੜ੍ਹਾ ਜਿਹਾ ਮਾਲਵੇ 'ਚ ਤਾਂ ਆਮ ਹੀ ਮੇਰੇ ਹਿਸਾਬ ਨਾਲ ਹੁਣ 4 ਹੀ ਹੋਰ ਚੱਲਣ ਦੇ ਆ ਜੀ, ਅਤੇ ਇਸ ਕਰਕੇ ਐੱਨ ਆਰ ਆਈ ਭਰਾਵਾਂ ਕਹਿੰਦੇ ਕਿ 4 ਟਰੈਕਟਰ ਹੀ ਦੇਣੇ ਆ। ਇਹਨਾਂ ਦੇ ਭਾਜੀ ਦੋਵਾਂ ਦੇ 3,60,000 ਰੁਪਈਆ ਖਰਚਾ ਭਾਜੀ ਆ ਗਿਆ। ਦਰਸ਼ਕਾਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਜੀ, ਬਹਿਣ ਨੂੰ ਕੁਰਸੀਆਂ, ਬਹੁਤ ਖਾਣ ਪੀਣ ਨੂੰ ਲੰਗਰ, ਚਾਹ ਪਾਣੀ ਦੀ ਸਹੂਲਤ ਪੂਰੀ ਹੋਊਗੀ। 31,000 ਨਾਲ ਵਿਸ਼ੇਸ਼ ਸਨਮਾਨ ਕਰਨਾ ਆ ਸਾਡੇ ਸਰਦਾਰ ਤਰਸੇਮ ਸਿੰਘ ਸੋਲ ਹੋਣਾ ਨੇ ਕਰਨਾ ਆ, ਇਹਨਾਂ ਦਾ ਸਨਮਾਨ ਲੱਖਾਂ ਕਰੋੜ ਦਾ 31,000 ਰੁਪਈਏ ਨਾਲ।